ਸੋ ਪੇਸ਼ੈਂਸ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸ਼ਬਦ ਜੋ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਤੁਹਾਡੀ ਜ਼ਿੰਦਗੀ ਦੇ ਸਾਹ, ਜਿੰਨਾ ਤੁਸੀਂ ਸਾਹ ਲੈਂਦੇ ਹੋ। ਕਿਉਂਕਿ ਪੇਸ਼ੈਂਸ ਦੇ ਨਾਲ ਜੇਕਰ ਤੁਸੀਂ ਅੱਗੇ ਵੱਧਦੇ ਹੋ ਆਪਣੀ ਲਾਈਫ ਦੇ ਵਿੱਚ, ਤੇ ਉਹ ਜੋ ਰਿਜ਼ਲਟ ਮਿਲਦਾ ਹੈ ਨਾ, ਉਹ ਕਾਬਿਲੇ ਤਾਰੀਫ ਹੁੰਦਾ ਹੈ, ਉਹ ਸੈਟੀਸਫੈਕਸ਼ਨ ਵਾਲਾ ਹੁੰਦਾ ਹੈ। ਜੇਕਰ ਤੁਸੀਂ ਕਹੋ ਤੁਸੀਂ ਰਾਤੋਂ ਰਾਤ ਸਟਾਰ ਬਣ ਜਾਓ, ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ। ਜਿਹੜੀ ਚੀਜ਼ ਨੂੰ ਤੁਸੀਂ ਐਫਰਟਸ ਪਾ ਕੇ, ਵੇਟ ਕਰਕੇ, ਸਹੀ ਟਾਈਮ ਦਾ ਇੰਤਜ਼ਾਰ ਕਰਕੇ ਜਦੋਂ ਤੁਸੀਂ ਅੱਗੇ ਵੱਧਦੇ ਹੋ ਨਾ, ਤੇ ਉਹਦੀ ਮਹਿਕ ਹੀ ਅਲੱਗ ਹੁੰਦੀ ਹੈ। ਸੋ ਹਮੇਸ਼ਾ ਪੇਸ਼ੈਂਸ ਰੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਚੱਲੋ, ਕਿਉਂਕਿ ਸਾਡਾ ਪ੍ਰੋਫੈਸ਼ਨ ਇਦਾਂ ਦਾ ਹੈ। ਮੈਂ ਪਰਸਨਲੀ ਇਹ ਚੀਜ਼ਾਂ ਜਿਹੜੀਆਂ ਇਹਨਾਂ ਤੇ ਬਿਲੀਵ ਕਰਦੀ ਹਾਂ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਇੰਟਰਵਿਊ ਜਿਹੜੀ ਹੈ ਕਿਸ ਟਾਈਮ ਹੋਣੀ ਆ, ਸਾਨੂੰ ਕਦੇ ਵੀ ਕਾਲ ਆਉਂਦੀ ਹੈ, ਕਿਤੇ ਵੀ ਸ਼ੂਟ ਤੇ ਸਾਨੂੰ ਜਾਣਾ ਪੈਂਦਾ ਹੈ। ਸੋ ਕਿੰਨਾ ਕਿੰਨਾ ਉੱਥੇ ਵੇਟ ਕਰਨਾ ਪੈਂਦਾ ਇਹਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਸੋ ਤਾਂ ਹੀ ਅਸੀਂ ਅੱਜ ਇਸ ਇੰਡਸਟਰੀ ਦੇ ਵਿੱਚ ਸਰਵਾਈਵ ਕਰ ਰਹੇ ਹਾਂ, ਕਿਉਂਕਿ ਅਸੀਂ ਪੇਸ਼ੈਂਸ ਦੇ ਨਾਲ ਚੱਲ ਰਹੇ ਹਾਂ। ਸੋ ਮੇਰਾ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣ ਦਾ ਇੱਕ ਮਕਸਦ ਹੈ ਕਿ ਪੇਸ਼ੈਂਸ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਾਈਟਲ ਜੋ ਹੈ ਰੋਲ ਅਦਾ ਕਰਦਾ, ਤੇ ਹਮੇਸ਼ਾ ਹਰ ਚੀਜ਼ ਜਿਹੜੀ ਹੈ ਸਮੇਂ ਦੇ ਹਿਸਾਬ ਦੇ ਨਾਲ ਤੁਹਾਨੂੰ ਮਿਲੇ, ਤੇ ਮੈਨੂੰ ਲੱਗਦਾ ਕਿ ਜ਼ਿਆਦਾ ਸਕਸੈਸਫੁਲ ਰਹਿੰਦੀ ਔਰ ਜ਼ਿਆਦਾ ਬੈਨੀਫੀਸ਼ੀਅਲ ਰਹਿੰਦੀ। ਥੈਂਕ ਯੂ।